ਹਾਂਜੀ ਮੈਂ ਡਾਕਟਰ ਕੋਲਾਰ ਅੱਪਾ ਜੇ ਸ਼ਾਰਟਲੀ ਡਿਸਕਸ ਕਰਦੇ ਆ ਕਿ ਮਟਾਪਾ ਆਉਂਦਾ ਕਿਉਂ ਹੈ ਜਿਹੜਾ ਆਪਣਾ ਅੰਦਰਲਾ ਡਿਜ਼ਾਈਨ ਹੈ ਜੇ ਤੁਸੀਂ ਇਹ ਦੇਖੋ 27 28 ਫੁੱਟ ਲੰਬੀ ਆਪਣੀ ਇੰਟਰਸਟਾਈਨ ਹੈ ਔਰ ਕਈ ਕੇਸਾਂ 'ਚ ਜਿਆਦਾ ਲੰਬੀ ਵੀ ਹੁੰਦੀ ਹੈ ਜਿਹੜਾ ਸਟਮਕ ਹੈ 2.5 ਲੀਟਰ ਦੀ ਕੈਪੈਸਿਟੀ ਹੈ ਜਿਹੜਾ ਕਿ ਡਿਸਟੈਂਡ ਕਰ ਸਕਦਾ ਫੈਲ ਸਕਦਾ ਪੁਰਾਣਾ ਡਿਜ਼ਾਈਨ ਬਣਿਆ ਹੋਇਆ ਜਿਨ੍ਹਾਂ ਵੇਲੇ ਜਪਾ ਜੰਗਲਾਂ 'ਚ ਜਾਨਵਰਾਂ ਦੇ ਪਿੱਛੇ ਦੌੜਦੇ ਸੀਗੇ ਉਦੋਂ ਦਾ ਡਿਜ਼ਾਈਨ ਬਣਿਆ ਇਹ ਤੇ ਹੁਣ ਆਪਾਂ ਜੇ ਦੋ ਰੋਟੀਆਂ ਵੀ ਖਾਣੇ ਆ ਇਹ ਜਮਾ ਕਰ ਲੈਂਦਾ ਬੇਸਿਕਲੀ ਜਿਹੜਾ ਜ਼ਿਆਦਾ ਕਾਰਨ ਇਹੀ ਆ ਮਟਾਪੇ ਦਾ ਕਿ ਡਿਜ਼ਾਈਨ ਪੁਰਾਣਾ ਤੇ ਕੰਮ ਆਪਣਾ ਬਦਲ ਗਿਆ ਤਾਂ ਇਸ ਕਰਕੇ ਜਿਹੜਾ ਆਪਾਂ ਗੱਲ ਸੁਣਦੇ ਆ ਕਿ ਹੁਣ ਪਾਣੀ ਵੀ ਲੱਗਦਾ ਹੈ ਥੋੜਾ ਜਿਹਾ ਖਾਣ ਨਾਲ ਵੀ ਮਟਾਪਾ ਆ ਹੀ ਜਾਂਦਾ ਆਪਾਂ ਨੂੰ ਬਹੁਤ ਥੋੜਾ ਖਾਣ ਦੀ ਲੋੜ ਹੈ ਜਿਹੜੇ 10 ਫੁਲਕੇ ਖਾਂਦੇ ਨੇ ਇੱਕ ਟਾਈਮ ਤੇ 10 ਰੋਟੀਆਂ ਆਪਣੇ ਅੱਜ ਕੱਲ੍ਹ ਵੀ ਖੇਤਾਂ 'ਚ ਜਿਹੜੇ ਕੰਮ ਕਰਦੇ 10 ਰੋਟੀਆਂ ਖਾਂਦੇ ਇੱਕ ਟਾਈਮ ਤੇ ਪਰ ਉਹ ਫਿੱਟ ਨੇ ਪਰ ਉਹ ਫਿਰ 10 ਘੰਟੇ ਕੰਮ ਕਰਦੇ ਆ ਖੇਤਾਂ 'ਚ ਜੇ ਤੁਸੀਂ ਦੋ ਰੋਟੀਆਂ ਖਾਣ ਦੇ ਹੱਕਦਾਰ ਸਮਝਦੇ ਹੋ ਆਪਣੇ ਆਪ ਨੂੰ ਇੱਕ ਟਾਈਮ ਤੇ ਤਾਂ ਫਿਰ ਆਪਾਂ ਜੇ ਪ੍ਰੋਪੋਰਸ਼ਨੇਟਲੀ ਦੇਖੀਏ ਤਾਂ ਆਪਾਂ ਦੋ ਘੰਟੇ ਕੰਮ ਕਰੀਏ ਘਟੋ ਘਟ ਸੋ ਬਹੁਤ ਥੋੜਾ ਅੰਨ ਖਾਣ ਦੀ ਲੋੜ ਹੈ ਬਹੁਤ ਥੋੜਾ ਚਾਵਲ ਅੰਨ ਮਿੱਠਾ ਇਹ ਬਹੁਤ ਘਟਾਓ ਸਬਜ਼ੀ ਫਰੂਟ ਸੈਲਡ ਇਹ ਆਪਾਂ ਜ਼ਿਆਦਾ ਖਾ ਸਕਦੇ ਹਾਂ